ਆ ਜਿਹੜੇ ਜਿੰਨੇ ਅੱਜ ਅ ਕ੍ਰਿਸਚੀਅਨ ਪ੍ਰਚਾਰ ਕਰੇ ਸਾਰੇ ਕਰਾਮਾਤੀ ਤੌਰ ਤੇ ਵੀ ਐਦਾਂ ਲਿਆ ਕੇ ਆਏ ਹੱਥ ਜਾਂ ਮਾਰਨੀ ਕਰਾਮਾਤ ਕਰ ਨੂੰ ਸੁੱੜ ਦੇਣਾ ਫਿਰ ਜੁੜਾ ਕਰ ਦੇਣਾ ਕੀ ਬਾਤ ਹੈ ਫਿਰ ਤੇ ਹਸਪੀਟਲ ਦੀ ਲੋੜ ਹੀ ਨਹੀਂ ਇੱਥੇ ਤੇ ਜਦ ਦਿਨ ਪੱਕੀ ਗੱਲ ਹੈ ਜਦ ਦਿਨ ਇਹ ਬਿਮਾਰ ਹੋਣ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਪੈਣਾ ਜਿਵੇਂ ਬਾਬਿਆਂ ਨਾਲ ਸੇਮ ਕਹਾਣੀ ਉਹ ਹੀ ਹੈ ਹਰ ਮਤ ਵਿੱਚ ਇਦਾਂ ਦੀਆਂ ਕਾਰਾਂ ਮਰਤਾ ਜਿਹੜੇ ਕਈ ਸਾਡੇ ਬੈਠੇ ਗੱਲਾਂ ਕਰਦੇ ਨੇ ਵੇਖੋ ਜੀ ਇਹ ਸਿੱਖਾਂ ਚ ਜੇ ਗੁਰੂ ਸਾਹਿਬ ਕਿਤੇ ਬਾਹਰ ਹੁੰਦੇ ਤਾਂ ਉਸ ਤੇ ਕਿਸੇ ਸਰੋਵਰ ਦੀ ਲੋੜ ਨਾ ਪੈਂਦੀ ਉਹ ਭਲਿਓ ਇਹ ਪਾਣੀ ਚੁੱਬੀਆਂ ਮਾਰਨ ਵਾਲੇ ਹਰ ਮਤ ਵਿੱਚ ਤੁਹਾਨੂੰ ਇਹੋ ਜਿਹੇ ਲੋਕ ਮਿਲ ਜਾਣੇ ਨੇ ਉਹ ਵੱਖਰੀ ਗੱਲ ਹੈ ਕੋਈ ਥੋੜੇ ਜਿਆਦੇ ਪਾਣੀ ਚ ਮਾਰ ਲਿੰਦਾ ਕੋਈ ਥੋੜੇ ਜਿਹਾ ਘੱਟ ਪਾਣੀ ਚ ਮਾਰਦਾ ਕਰਮ ਕਾਂਡਾਂ ਦਾ ਉੰਨੀ ਕੀ ਦਾ ਫਰਕ ਹੈ ਵਹਿਮ ਪਰੰਪਰਖੰਡ ਥੋੜੇ ਜੇ ਬਦਲਵੇਂ ਰੂਪ ਚ ਹੋ ਸਕਦੇ ਨੇ ਅਨਪੜ ਥੋੜੇ ਜਿਆ ਹੋਰ ਕੋ ਕਰਦਾ ਪੜਿਆ ਲਿਖਿਆ ਕਿਸੇ ਹੋਰ ਤਰੀਕੇ ਦਾ ਵਹਿਮ ਕਰਦਾ ਪਰ ਲਗ ਗੱਲ ਲਾਗੇ ਸਕਈ ਹੈ ਹੁਣ ਕਦਾਂ ਇਦਾਂ ਕਰਾਂ ਮਾਤਾ ਬਣਾ ਬਣਾ ਕੇ ਜਿਵੇਂ ਬਾਬੇ ਪਹਿਲਾਂ ਕਰਾਂ ਮਾਤਾ ਨਾਲ ਲੋਕਾਂ ਨੂੰ ਠੀਕ ਕਰਦੇ ਰੇ ਆਸ਼ੀਰਵਾਦ ਨਾਲ ਠੀਕ ਕਰਦੇ ਰੇ ਜਿਉਂਦੇ ਬੱਚੇ ਮਰੇ ਠੀਕ ਕਰਦੇ ਰੇ ਕੋਈ ਮਰ ਗਿਆ ਬੱਚਾ ਨੂੰ ਜਿਉਂਦਾ ਕਰ ਦੇਣਾ ਕਰਾਂ ਮਾਤਾ ਸ਼ਕਤੀਆਂ ਨਾਲ ਆਪੋੜੇ بڑے ਹਸਪੀਟਲ ਬਣਾ ਲਏ ਹੁਣ ਬਾਬਾ ਬਿਮਾਰ ਹੁੰਦਾ ਤੇ ਹਸਪੀਟਲ ਲੈ ਕੇ ਜਾਂਦੇ ਅੱਜ ਤੁਹਾਡੀਆਂ ਕਰਾਮਾਤਾਂ ਕਿੱਥੇ ਗਈਆਂ ਤੇ ਸੇਮ ਮੇਰਾ ਸਵਾਲ ਉਹਨਾਂ ਨੂੰ ਜਿਹੜੇ ਕਿਤੇ ਸਾਡੇ ਆ ਜਿਹੜੇ 크੍ਰਿਸਚਨਾਂ ਦੇ ਪ੍ਰਚਾਰਕਾਂ ਦੇ ਸਾਡੇ ਚ ਕਰਾਮਾਤ ਅਸੀਂ ਇਦਾਂ ਠੀਕ ਕਰ ਦਿੰਨੇ ਆ ਜਿੱਦਣ ਉਹ ਬਿਮਾਰ ਹੋਣਗੇ ਪੁੱਛਿਓ ਜਰੂਰ ਇੱਕ ਵਾਰ ਭਾਵੇਂ ਉਹ ਉਹ ਕਰਾਮਾਤ ਕਿਸੇ ਗੁਰਦੁਆਰੇ ਨਾਲ ਜੁੜੀ ਹੋਵੇ ਭਾਵੇਂ ਕਿਸੇ ਕਿਸੇ ਵੀ ਮਾਤ ਨਾਲ ਕਿਸੇ ਦੇਵਤਾਰੀ ਬਾਬੇ ਨਾਲ ਜੁੜੀ ਹੋਵੇ ਕਰਾਮਾਤ ਸਭ ਤੋਂ ਵੱਡੀ ਕਿਹੜੀ ਸੀ ਕਿ ਚੰਗਾ ਇਨਸਾਨ ਬਣਨਾ ਵਧੀਆ ਸੋਚ ਲੈ ਕੇ ਹੋਣੀ ਇਹ ਕਰਾਮਾਤ ਅਸੀਂ ਭੁੱਲ ਹੀ ਗਏ ਆਪਣੀ ਜ਼ਿੰਦਗੀ ਦੀ ਨਾਨਕ ਸਾਹਿਬ ਕਰਾ ਮਾਤੇ ਸਭ ਤੋਂ ਟੁੱਠੇ ਜੋ ਮਿਲਿਆ ਆ ਕਰਾਮਾਤ ਸਭ ਤੋਂ ਵੱਡੀ ਕਿ ਮਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਗਲਾ ਪੜ ਕੇ ਡਾਕਟਰ ਇੰਜੀਨੀਅਰ ਬਣਿਆ ਪਾਇਲਟ ਬਣਿਆ ਆ ਕਰਾਮਾਤ ਹੈ ਇੱਥੋਂ ਬੋਲੇ ਜਾ ਰਿਹਾ ਹਜ਼ਾਰਾਂ ਲੱਖਾਂ ਕਰੋੜਾਂ ਤੱਕ ਇੱਕ ਵਾਰ ਆਵਾਜ਼ ਆ ਰਹੀ ਆ ਕਰਾਮਾਤ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਕਰਾਮਾਤ ਵਰਤਾ ਕੇ ਮਾਨਵ ਨਹੀਂ ਕੀਤਾ ਤਾਂ ਨੂੰ ਕੋਈ ਲੋਹਾ ਸੁਟੀਏ ਜ਼ਮੀਨ ਤੇ ਡਿੱਗਦਾ ਹੈ ਕਿੰਨਾ ਭਾਰਾ ਪਲੇਨ ਆਕਾਸ਼ ਵਿੱਚ ਉੱਡ ਰਿਹਾ ਇਹ ਕਰਾਮਾਤ ਹੈ ਪਿੰਡ ਦਾ ਪਿੰਡ ship ਵਿੱਚ ਲੱਦ ਕੇ ਕਿਸੇ ਇੱਕ ਕੰਟਰੀ ਤੋਂ ਦੂਜੀ ਕੰਟਰੀ ਚ ਲੈ ਜਾਓ ਇਹ ਪਾਣੀ ਦੀ ਇੱਕ ਚੀਰਦਾ ਹੋਇਆ ਦੂਜੇ ਦੇਸ਼ ਜਾ ਰਿਹਾ ਆ ਕਰਾਮਾਤ ਪਰ ਇਹਨਾਂ ਕਰਾਮਾਤ ਨੂੰ ਅਗਲੇ ਨੇ ਮੰਨ ਨਹੀਂ ਕੀਤਾ ਮੰਨ ਨਹੀਂ ਕੀਤਾ ਸਾਨੂੰ ਸਹੂਲਤਾਂ ਦਿੱਤੀਆਂ ਕਿੱਥੋਂ ਦੇ ਕਿੱਥੇ ਪਹੁੰਚ ਗਏ ਤੁਸੀਂ ਕਿਹੜੀਆਂ ਕਹਾਣੀਆਂ ਬਣਾ ਕੇ ਬੈਠੇ ਹੋਏ ਆ ਅੱਜ ਅਸੀਂ ਆਪਣੇ ਗੁਰੂ ਨੂੰ ਕਰਾਮਾਤਾਂ ਦੇ ਤੌਰ ਤੇ ਲਿਆ ਕੇ ਪੇਸ਼ ਕਰਕੇ ਤੇ ਉੱਥੇ ਖੜਾ ਕਰਨਾ ਚਾਹੁੰਦੇ ਕੋ ਗੁੱਟਾ ਚੜਾਉਣ ਜਾ ਰਿਹਾ ਕੋ ਇੱਥੇ ਮੱਥਾ ਟੇਕ ਰਿਹਾ ਕੋ ਉੱਥੇ ਖੀਰ ਚੜਾਉਣ ਜਾ ਰਿਹਾ ਮਤਲਬ ਇੱਕ ਆਮ ਦਿਹਾੜੀਦਾਰ ਤੋਂ ਲੈ ਕੇ ਬਿਜ਼ਨਸਮੈਨ ਤੱਕ ਵਹਿਮਾਂ ਦੇ ਸ਼ਿਕਾਰ ਹੋ ਕੇ ਬੈਠੇ ਸੀ ਇਹਨੂੰ ਕਹਿੰলো ਮਾਨਸਿਕ ਤੌਰ ਤੇ ਸੀ ਪੀੜਤਵਾ ਗੁਰੂ ਸਾਹਿਬ ਜੀ ਨੇ ਖੁੱਲੀ ਵਿਚਾਰ ਦਿੱਤੀ ਸਾਨੂੰ ਆਓ ਭਾਈ ਇਨਸਾਨਾਂ ਦੀ ਕਦਰ ਕਰਨੀ ਸਿੱਖੋ ਜਿੱਥੇ ਵੀ ਤੁਸੀਂ ਹੈਗੇ ਹੋ ਵਧੀਆ ਸੋਚ ਲੈ ਕੇ ਵਧੀਆ ਸੋਚ ਵਧੀਆ ਕਰਮ ਵਧੀਆ ਆਰਤਾਂ ਜੀਵਨ ਵਿੱਚ ਲੈ ਕੇ ਆਓ ਤੇ ਚੰਗੇ ਆਪਣੀ ਜ਼ਿੰਦਗੀ ਵਿੱਚ ਉਦਮ ਲੈ ਕੇ ਆਓ ਹਰ ਛੋਟੇ ਤੋਂ ਛੋਟਾ ਕੰਮ ਆਪ ਆਪਣੇ ਹੱਥੀ ਕਰਨ ਦੀ ਕੋਸ਼ਿਸ਼ ਕਰੋ ਜ਼ਿੰਦਗੀ ਖੂਬਸੂਰਤ ਬਣ ਜਾਏ